ਵਿਊਰਸ ਟਾਈਮ ਵੇ 7:25 ਤੀਨ ਪੈਨ 22:23 ਮਿੰਟ ਠੀਕ ਹੈ ਅਤੇ ਕਿਉਂਕਿ ਅੱਜ ਬਾਰਿਸ਼ ਆਉਂਦੀ ਖੜੀ ਹੈ ਲਿਹਾਜ਼ਾ ਬੱਚਾ ਪਾਰਟੀ ਕੁਛ ਸ਼ਾਹ ਜਮਾਲ ਅੱਡੇ ਤੱਕ ਛੋੜਨ ਵੈਸਾ ਕਿਉਂਕਿ ਮੋਟਰਸਾਈਕਲ 'ਤੇ ਉਹ ਤੱਕ ਨਹੀਂ ਮੈਂਦੇ ਉੱਥੋਂ ਅੱਗੇ ਤਾਂ ਉਹ ਬੱਸ 'ਤੇ ਲੱਗਣ ਪੈਂਦੇ ਲੇਕਿਨ ਇੱਥੋਂ ਸ਼ਾਹ ਜਮਾਲ ਅੱਡੇ ਤੱਕ ਉਹਨਾਂ ਕੋ ਮੈਂ ਕੋਈ ਛੋੜਨ ਵਜਣਾ ਪਊ ਸੀ ਕਿਉਂਕਿ ਬਾਈਕ 'ਤੇ ਬਾਰਿਸ਼ ਵਿੱਚ ਨਹੀਂ ਮੰਨ ਸਕਦੇ ਕਿਉਂਕਿ ਗਾੜੀ ਦੋ ਦਿਨ ਬਾਅਦ ਸਟਾਰਟ ਥੀਂਦੀ ਪਈ ਹੈ ਲਿਹਾਜ਼ਾ ਗਰਮ ਥੀਵਣ ਵਾਸਤੇ ਕੰਮ ਤੋਂ ਕੰਮ ਵੀ 15 ਮਿੰਟ ਗਿਣ ਸੀ ਗਰਮੀ ਹੋਵੇ ਤਾਂ ਫੌਰੀ ਸਟਾਰਟ ਕਰੋ ਬਸ 1 ਮਿੰਟ ਦੇ ਅੰਦਰ ਗਰਮ ਥੀ ਵੈਂਦੀ ਹੈ ਸਰਦੀਆਂ ਇਹ ਜਿਵੇਂ ਨਹੀਂ ਹੁੰਦਾ ਸਰਦੀਆਂ ਜਿਵੇਂ ਅਸਾਂ ਠਰੇ ਪਏ ਉਵੇਂ ਗਾੜੀ ਵੀ ਠਰੀ ਪਈ ਹੁੰਦੀ ਫੁੱਲ ਗੇਟ ਖੋਲਣ ਸੁਣਾ ਦਾ ਪਏ ਜੀ ਓਕੇ ਗੇਟ ਪੁੱਤ ਤਾਲਾ ਲੱਗਾ ਫਿਰ ਬਾਰਿਸ਼ ਇਤਨੀ ਹੈ ਤਾਂ ਕੌਣ ਹਲੀ ਜਿਹੜੇ ਮੈਂ ਆ ਖਾਈ ਉਹ ਮੇਰੇ ਚੰਗੀ ਭਲੀ ਥੀ ਨਹੀਂ ਫਿਰ ਬੰਦ ਮੈਂ ਕਿਹਾ ਉਸ ਵੈਸੇ ਕਿੰਨੇ ਵਜੇ ਬਾਸ ਆਉਂਦੀ ਹੁਣ 7:31 ਦੀ 7:40 ਦੀ ਤੋਂ ਹੈ ਯਾਨੀ ਅੱਛਾ ਪਹੁੰਚ ਵੈ ਸੁਣਾ ਮਿੰਟ ਚ ਅਸਲ ਵਿੱਚ ਬਾਰਿਸ਼ ਨਾ ਹੋ ਸੀ ਇਹ ਪਰਨਿਆਲ ਹੋ ਸੀ ਨਾ ਪਰਨਿਆਲ ਹੀ ਠਾਂਦਾ ਨਾ ਕਰੇਂ ਕਰੇਂ ਬਾਰਿਸ਼ ਆ ਗਿਆ ਤਾਂ ਇਹ ਧੁੰਦ ਨਾ ਹੋ ਗਿਆ ਜਿਹੜੀ ਜਿਹੜੀ ਧੁੰਦ ਫੜੀ ਆ ਦੇਖੋ ਅਗਰ ਤੁਹਾਡੇ ਕੋਲ ਬਹੁਤ ਜ਼ਿਆਦਾ ਫਜ਼ੂਲ ਪੈਸਾ ਕੋਈ ਨਾ ਤੁਸੀਂ ਆਪਣੇ ਬਾਲਾਂ ਕੋ ਕਦੇ ਵੀ ਪੰਜਾਬ ਕਾਲਜ ਨਾ ਬਿਜਾਏ ਨਹੀਂ ਤਾਂ ਹਰ ਮਹੀਨੇ ਤੁਹਾਡੇ ਜੇਬ ਖਾਲੀ ਕਰ ਗਏ ਸਨ ਬਸ ਮੈਂ ਤਾਂ ਕੋਈ ਆਖਣਾ ਹੀ ਸਿਰਫ ਕਈ ਵਾਰ ਪੇਪਰ ਮਨੀ ਕਈ ਵਾਰ ਬੋਰਡ ਫੀਸ ਕਈ ਵਾਰ ਪਤਾ ਨਹੀਂ ਕਿਹੜੀ ਫੀਸ ਇਤਨੀਆਂ ਕੋਈ ਇਹਨਾਂ ਦਾ ਫੀਸ ਹਨ ਜਿਹਦੀ ਹੱਥ 'ਤੇ ਇੰਤਿਹਾ ਕੋ ਨਹੀਂ ਮੈਂ ਕੋਈ ਤਾਂ ਕੰਗਾਲ ਕੀਤੀ ਮੈਨੂੰ ਗੇਟ ਬੰਦ ਕਰੂੰ ਚਾ ਓਏ ਕਿਸੇ ਦੀ ਹਿਲਕ ਦੀ ਵਧੀ ਓਏ ਵਾਹ ਇਹ ਕੋਈ ਰੋਡ ਤੇ ਵੀ ਔਰ ਕੋਈ ਯਾਦ ਨਹੀਂ ਕੋਈ ਚੀਜ਼ ਪਈ ਹੈ ਸ਼ਾਇਦ ਤਲੂ ਚੰਬੜ ਗਈ ਹੈ ਅਤੇ ਇਹ ਗਿਲਕਦੀ ਆਈ ਹੈ ਪੂਰਾ ਰਸਤਾ ਮੈਂ ਆਖ ਪਤਾ ਨਹੀਂ ਕਿਆ ਜਹਾਬ ਲਗਾ ਪਈ ਤਾਂ ਇਹ ਡੰਡੇ ਨਾਲ ਵੀ ਔਰ ਕੋਸ਼ਿਸ਼ ਕਰੇ ਨਾ ਤਲੂ ਜਿੱਥੇ ਫਸਾ ਪਈ ਨਾ ਉਹ ਛੁੜਵਾ ਕਾਰ ਤੇ ਤਲੂ ਤਾਂ ਗਏ ਛੁੱਟ ਵਲਾਂ ਜਲੇ ਪਿੱਛੇ ਗੜਸਾਂ ਵੱਤਲੇ ਪਿਆਰਾ ਸੀ ਵੀਰ ਅੱਜ ਕੱਲ੍ਹ ਟਾਈਮ ਤਾਂ ਬਿਲਕੁਲ ਪਤਾ ਹੀ ਨਹੀਂ ਚੱਲਦਾ ਟਾਈਮ ਹੁਣ ਗੁਜ਼ਰ ਗਿਆ ਟਾਈਮ ਠੀਕ ਹੈ ਦੂਰ ਦਾ ਅਤੇ ਬੱਚਾ ਪਾਰਟੀ ਕੋ ਚਾਹਵਣ ਦਾ ਟਾਈਮ ਠੀਕ ਹੈ ਲਿਹਾਜ਼ਾ ਮੈਂ ਜਲਦੀ ਜਲਦੀ ਉਹਨਾਂ ਕੋ ਤੁਹਾਨੂੰ ਪਤਾ ਹੈ ਬ੍ਰੇਕ ਅਤੇ ਪੇਰ ਰੱਖੇ ਬਗੈਰ ਇਹ ਸਲਫ ਚਾਹੀਦੀ ਨਹੀਂ ਜਿੰਨੇ ਵੀ ਆਟੋ ਕਾਰ ਸੁਣੇ ਨਾ ਉਹਨਾਂ ਨੂੰ ਤੁਹਾਨੂੰ ਸਟਾਰਟ ਕਰਾਉਣ ਵਾਸਤੇ ਪਹਿਲੇ ਬ੍ਰੇਕ ਅਤੇ ਪੇਅਰ ਰੱਖਣੇ ਪਾਉਂਦੇ ਪਤਾ ਨਹੀਂ ਇਹਦੇ ਵਿੱਚ ਕਿਹੜੀ ਲੌਜਿਕ ਹੈ ਮੈਂ ਤਾਂ ਸਮਝ ਨਹੀਂ ਆਉਂਦੀ ਅੱਛਾ ਖੈਰ ਟਾਈਮ ਕਾਫੀ ਠੀਕ ਹੈ ਅਤੇ ਸੂਰਜ ਵੀ ਨਿਕਲਾ ਖੜੇ ਲੇਕਿਨ ਉਹ ਜੀ ਸ਼ਦੀਦ ਧੁੱਪ ਉਹਨੇ ਜਿਵੇਂ ਕੱਲ੍ਹ ਨਿਕਲੀ ਕੱਲ੍ਹ ਤਾਂ ਇਹ ਸਮਝੋ ਗਰਮੀ ਲੱਗੀ ਗਰਮੀ ਅੱਜ ਥੋੜ੍ਹੀ ਥੋੜ੍ਹੀ ਠੰਡ ਡੇ ਲਿਆ ਤਾਂ ਮੈਂ ਚਾਦਰ ਪਾਤੀ ਉਹਦਾ ਹਾਲੇ ਤੱਕ ਅਤੇ ਮੈਂ ਬੱਚਾ ਪਾਰਟੀ ਚਾਹ ਨਾ ਇਹ ਗੱਦੀ ਕੋਈ ਮੈਂ ਧੂੰਆਂ ਬਣਿਆ ਇਹ ਅੱਜ ਮੈਂ ਲਈਏ ਵੰਜਣਾ ਵੀ ਹਾਂ ਲੇਕਿਨ ਮੈਂ ਲੇਟ ਠੀਕ ਹਾਂ ਮਤੀਕ ਮੈਂ ਖੁਦ ਹੀ ਧੋ ਗਿਣਸਾ ਇੱਥੇ ਘਰ ਕੱਲ੍ਹ ਜਾਂ ਪਰਸੋਂ ਵੇਲੇ ਟਾਈਮ ਮਿਲ ਸੀ ਫਿਲਹਾਲ ਬੱਚਾ ਪਾਰਟੀ ਚਾਹ ਨਾ ਉਹਦੇ ਬਾਅਦ ਵਾਲਾ ਮੈਂ ਗੇਮ ਦਾ ਟਾਈਮ ਕਿਹਾ ਸੀ ਗੇਮ ਖੇਸਾਂ ਗੇਮ ਦੇ ਬਾਅਦ ਸ਼ਾਇਦ ਮੈਂ ਲਈਏ ਵੰਜਾਂ ਕੋਈ ਚੀਜ਼ਾਂ ਚੀਜ਼ਾਂ ਗਿਣੇ ਲੋਕ ਗਿਣਾ ਸਾਂ ਪੈਸੇ ਵੀ ਕਢਾਉਣ ਏ ਟੀ ਐੱਮ ਤੋਂ ਏ ਟੀ ਐੱਮ ਤਾਂ ਕਰੀਬ ਕੋਈ ਹੁੰਦਾ ਕੋਈ ਨਹੀਂ ਅਤੇ ਵਧੀਆ ਤੂੰ ਜਾਇਜ਼ ਕੈਸ਼ ਕਢਵਾ ਸਕਦੇ ਬੈਂਕ ਤੋਂ ਪੈਸੇ ਕਢਾਉਣੇ ਹੋਣ ਤਾਂ ਬੰਦਾ ਨਹੀਂ ਕਢਵਾ ਸਕਦਾ ਉਹਦੇ ਵਾਸਤੇ ਲਈਏ ਵੰਜਣਾ ਜ਼ਰੂਰੀ ਹੁੰਦਾ ਜ਼ਿਆਦਾ ਲਈਏ ਵੈਸੇ ਏ ਟੀ ਐੱਮ ਵੀ ਮਾਰਨਾ ਕੋਈ ਚੀਜ਼ਾਂ ਗਿਣੇ ਉਹ ਵੀ ਗਿਣਾ ਸਾਂ
ਤੇ ਬਾਕੀ ਦੇ ਦੇਣਾ। जल्दी फौरन व्यूअर्स, मैं वैसे ना अगर कैमरा ऑन किए बगैर ही कुछ आखा ये काम नहीं करेंगी, लिहाजा एक मैं जल्द व्लॉग कवर करा तो पीछे फौरन वन लगी पी चा की ना मत व्लॉग पा रही फिर नहीं पी। गुर चंगा है मेरे को, जल्दी गिन के आ चा हंस के दिखाओ। हाँ हंसो, हाँ ऐसे हंसो, इतनी बातें करता है मेरा बेटा, मेरा बेटा इतनी बातें करता है, मेरा बेटा इतनी बातें करता है, बातें कल कल के थक जाता है मेरा बेटा। बहुत सारी बातें सुना दो, हाँ बहुत सारी ऐसे ऐसे मेरे व्यूअर्स को बोलो कि मिस्टर थॉट के उसको सब्सक्राइब कर दो। हाँ बोलो, हाँ शाबाश बोलो, सब्सक्राइब करो, बोलो बेल आइकन भी दबा दो। हाँ ऐसे बोलो बेल आइकन भी दबा दो। हाँ शाबाश शाबाश। जास कितना मैंने पे व्यूज बनना, मैं कल ही लिए लेकिन ये जड़ी चीचड़ बैठी है ना मेरी बेगत ये आके मैं नाल के इनके जो लिहाजा ये को नाल दरूठी में ना दरूठी अगर तो मतलब कौन ही पता ना तुसा गूगल करो लिए जो जड़ा समान समून है वो घेन के तो बताने हैं। वैसे आज बर्गर खाओ इतनी मच्छी खादी से रुपा रहे हैं। मैं तो कोनी खादी। तो कोनी खादी मतलब खा तू बर्गर खासे खादी मी लेकिन हिसाब दी खादी मी। अच्छा चलो तब खवा रहे सब बर्गर, क्या पता मेरे मूड ना होवे। चलो दे दे किसी हल्की फुल्की किसी खास में कोई पहले लिया पहुंच के एटीएम मारना होता है। एक शवारमा ते एक हाफ लीटर कोक। शवारमा केड़ा होवे? मीडियम करो, स्पाइसी होवे। अच्छा ठीक है, इतनी मत मांगो। एक रेगुलर कोक, एक ना हाफ लीटर कोक। अच्छा ठीक है, ठीक जल्दी कर दे बोलो सब बैठे हैं। हैं बताओ स्पाइसी जब का खावे? ना ना इतना मिर्चा नहीं खाते हैं। तैं खाने में तो स्पाइसी आ गया, नहीं तो मैं तो करे ही ना खा स्पाइसी। मैं भी इतना स्पाइसी को नहीं खाऊंगा। व्यूअर्स पैसे के डायमंड के बाद सब तो पहले बेगम की ख्वाहिश पूरी करना, मतलब कुछ शवारमा खाने के बाद जड़ी ऐसा शॉपिंग करनी है वो करे सो अफोर्ड तो सारा सामान ही करेंगे सब तो गिनसूँ तो उसके बाद सीधा घर इंशाल्लाह। बड़ी फास्ट सर्विस है यार थोड़ी, था बड़ी मेहरबानी थोड़ी। आओ जी कितने पैसे? पैसे सारे चलो वापसी थे। ठीक यके अफोर्ड थे मैंने मैंने इतना रश गाड़ियां दस आदि डुखड़े ने गाड़ी ये इथई है कि थई अफोर्ड ते ना ज्यादातर ने पहुंचता ते ओ मैदानी रात को कार एक निकल रही तो पई है। मेरा फेवरेट स्टोर लिया दे बीच गजर होया ते जिंदगी दी तकरीबन हर चीज इत्थे मिल वेंदी है। बस ये खा लिया। ठीक है जी थैंक यू। व्यूअर्स ये समान है सारा असा तो पते शॉपिंग मॉल के अंदर लेडीज भी होनी वीडियोस बनाने थोड़ा जहा मसला होंगे। क्या बात है
ਹੁਣ ਅਸਾਂ ਗਾੜੀ ਦੇ ਵਿੱਚ ਫਿਊਲ ਡਲ ਵੈਸ ਹੁੰਦੇ ਉਹਦੇ ਬਾਅਦ ਸਿੱਧਾ ਘਰ ਅਸਾਂ ਸ਼ਾਪਿੰਗ ਸਾਰੀ ਕਰ ਗਈ ਦੀ ਹੈ 15-16 ਹਜ਼ਾਰ ਰੁਪਇਆ ਬਣ ਗਿਆ ਸਾਰਾ 15,100 ਰੁਪਇਆ ਬਿੱਲ ਬਣਾਈ ਜਿਹਦੇ ਵਿੱਚ ਸਿਰਫ 5 ਕਿਲੋ ਚੀਨੀ ਇੱਕ ਅੱਧਾ ਕੁਕਿੰਗ ਆਇਲ ਮਤਲਬ ਛੋਟੇ ਮੋਟੇ ਆਈਟਮ ਹਨ ਜਿਹੜਾ ਹਫ਼ਤਾ ਖਨ ਕੱਢ ਸਨ ਘਰ ਦਾ ਬਸ ਮੈਕਸੀਮਮ ਇੱਕ ਹਫ਼ਤਾ ਕੱਢ ਸਨ ਦੇਖ ਇਹਨੂੰ ਮਹਿੰਗਾਈ ਕਿਤਨੀ ਉੱਤੇ ਲੱਗ ਗਈ ਹੈ ਪਹਿਲੇ 15,000 ਵਿੱਚ ਪੂਰੇ ਮਹੀਨੇ ਦਾ ਰਾਸ਼ਨ ਆ ਜਾਂਦਾ ਹੁਣ 15,000 ਵਿੱਚ ਇੱਕ ਹਫ਼ਤੇ ਦਾ ਰਾਸ਼ਨ ਆਉਂਦਾ ਸਿਰਫ ਚਲੋ ਖੈਰ ਚਾਚੂ 3,000 ਦਾ ਪਾਓ 3,000 ਦਾ ਚਲੋ ਵਿਊਅਰਸ ਘਰ ਪਹੁੰਚ ਗਏ ਹੁਣ 1 by 1 ਕਰਕੇ ਅਤੇ ਇਹ ਸਮਾਨ ਚਾਵਣ ਪੋਸੀ ਮੇਰੇ ਪੁੱਤਰ ਆ ਨਾ ਥੋੜ੍ਹਾ ਜਿਹਾ ਸਮਾਨ ਚਾ ਉਈ ਸ਼ਾਬਾਸ਼ ਗੁੱਡ ਵੈਰੀ ਗੁੱਡ ਵੈਰੀ ਨਾਈਸ ਸ਼ਾਪਰ ਨਹੀਂ ਪਾ ਡੰਟ ਗਲਤ ਜਾ ਤੂੰ ਪਕੜੀ ਨਾ ਚਲੋ ਚਾਹ ਵਾਂਝੂ ਲੇਕਿਨ ਚੀਨੀ ਮੀਨੀ ਚਾਵਲ ਹਰ ਸ਼ੇ ਵੀਟੀ ਨਾ ਵਾਂਝੇ ਖਿਆਲ ਨਾਲ ਚਾਹ ਹੁਣ ਇਹ ਹੈਡ ਐਂਡ ਸ਼ੋਲਡਰ ਇਹ ਮੇਰੇ ਅਗਵਾਟ ਵਾਂਝ ਅਤੇ ਬਾਕੀ ਕਿਹੜੀ ਚੀਜ਼ ਹੈ ਨੂਡਲਸ ਕਿੱਥੇ ਨੇ ਨੂਡਲਸ ਚਾਹ ਦਿਓ ਕਿਉਂਕਿ ਉਹ ਸਪੈਸ਼ਲ ਉਹਨਾਂ ਦਾ ਪ੍ਰੋਸ ਕਰਦਾ ਕਹਿਣ ਉਹ ਕੌਣ ਹੀ ਲਿਖਾ ਵਾ ਜਿਹੜਾ ਸਮਾਨ ਲਿਖਾ ਵਾ ਮੈਂ ਜਸਟ ਉਹ ਕਹਿੰਦਾ ਹੈ ਮੇਰੇ ਵਾਸਤੇ ਖੀਰ ਬਣਾ ਪਏ ਤਾਂ ਮੈਨੂੰ ਜਲਦੀ ਦੇ ਦਿਓ ਤਾਂ ਕਿ ਮੈਂ ਖੀਰ ਪੀਵਾਂ ਚਲੋ ਬਣਾ ਰਹੀ ਹਾਂ ਮੋਹ ਮੈਂ ਖੀਰ ਬਣਾ ਰਿਹਾ ਸੀ ਖੀਰ ਪੀ ਕੇ ਮੈਂ ਸਾਹਮਣੇ ਸਹੀ ਇਨਸ਼ਾ ਅੱਲਾ ਵੀ ਉਸ ਘਰ ਆ ਕੇ ਜਿਹੜਾ ਇਹ ਦੇਖ ਕੇ ਸਕੂਨ ਆਉਂਦੇ ਨਾ ਓਏ ਵਾਹ ਕਿਉਂ ਇਤਨਾ ਹੱਸ ਲਿਆ ਮੈਂ ਅੱਜ ਮਜ਼ੇ ਦੀ ਗੱਲ ਇਹ ਆ ਸਹੀ ਕੁਛ ਛੋੜ ਕੇ ਗਏ ਅਸੀਂ ਇੱਥਾਂ ਤਾਂ ਕਿ ਅਸਾਂ ਅੱਗੇ ਉੱਥੋਂ ਸ਼ਾਪਿੰਗ ਮਾਰ ਡਿਸਟਰਬ ਨਾ ਕਰੇ ਉੱਥੋਂ ਵੰਜ ਕੇ ਨਾ ਸ਼ੋਰ ਪਾ ਦਿੱਤਾ ਸੀ ਪਿਛਲੀ ਦਫਾ ਲੈ ਤਾਂ ਬਸ ਇੱਥੋਂ ਛੋੜ ਗਏ ਇੱਥੇ ਹੀ ਛੋੜ ਗਏ ਤਾਂ ਕਿ ਮਜ਼ੇ ਨਾਲ ਸ਼ਾਪਿੰਗ ਕਰੋ ਤੁਸੀਂ ਵਾਪਸੀ ਆ ਕੇ ਇਤਨਾ ਮਜ਼ੇ ਦਾ ਖੇਡਦਾ ਪਿਆ ਜੀ ਤੋ ਕਿਆ ਹੀ ਦੇਖੋ ਇਹਨੇ ਗੁਦਾਨੋ ਮੇਰੇ ਵਿਊਅਰਸ ਕੋ ਦਿਖਾਓ ਖੇਲ ਕੇ ਹਾਂ ਐਸੇ ਜ਼ੋਰ ਲਗਾਓ ਹਾਂ ਜ਼ੋਰ ਲਗਾਓ 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 ਜ਼ੋਰ ਲਗਾਓ ਐਸੇ ਜੈਸੇ ਪਹਿਲੇ ਲਗਾ ਰਹੇ ਥੇ ਇਹ ਬਿਹਾਈਂਡ ਦਾ ਕੈਮਰਾ ਬੜੇ ਸ਼ੁਗਰ ਲੈਂਦੇ ਬਹੁਤ ਗੱਲ ਨਹੀਂ ਕਰਦੇ ਲੇਕਿਨ ਜੋ ਕੈਮਰਾ ਆਨ ਥੀਂਦਾ ਨਾ ਇਹ ਦੇਖਣ ਲੱਗ ਪੈਂਦਾ ਪਤਾ ਨਹੀਂ ਕਿਆ ਥੀਂਦਾ ਪਏ ਇਹ ਵੀ ਕੋਈ ਸ਼ਾਇਦ ਸਮਝ ਲੱਗਣ ਲੱਗ ਗਈ ਹੁਣ ਥੋੜ੍ਹਾ ਥੋੜ੍ਹਾ ਇੱਕ ਚੀਜ਼ਾਂ ਦੇਖਣ ਲੱਗ ਪਈਆਂ ਅੱਛਾ ਖੈਰ ਅੱਜ ਤਾਂ ਵਲੋਗ ਇੱਥੇ ਐਂਡ ਕਰਦਾ ਪਿਆ ਅਤੇ ਕਿਉਂਕਿ ਹੁਣ ਮੈਂ ਪੜ੍ਹਨੀ ਹੈ ਨਮਾਜ਼ ਇਸ਼ਾ ਦੀ ਬਾਕੀ ਇੱਥੇ ਤੱਕ ਪਤਾ 8 ਵਜੇ ਨਾਲ ਹਰ ਚੀਜ਼ ਬਿਲਕੁਲ ਸੁੰਨ ਥੀ ਪੈਂਦੀ ਬਿਲਕੁਲ ਸੁੰਨ ਰਸਤੇ ਜਾਓ ਸਾਰੇ ਸ਼ਹਿਰ ਬੰਦ ਚੱਕਾਂ ਦੇ ਵਿੱਚ ਸਾਰੀ ਮਾਰਕੀਟਾਂ ਦੁਕਾਨਾਂ ਹਰ ਚੀਜ਼ ਬੰਦ ਥੀ ਪੈਂਦੀ ਬਸ ਅਤੇ ਇੱਥੇ ਬੜੀ ਖਾਮੋਸ਼ੀ ਟਾਈਪ ਥੀ ਪੈਂਦੀ ਇਵੇਂ ਲੱਗਦਾ ਰਾਤ ਦੇ 12 ਥੈਕ ਨੇ ਉਹਨਾਂ ਵਾਰ ਉੱਥਾਂ ਪਿੰਡੀ ਬੈਰੀਆ ਟਾਊਨ ਗਏ ਉੱਥੋਂ ਰਾਤ 1 ਵਜੇ ਇਤਨਾ ਸ਼ੋਰ ਸ਼ਰਾਬਾ ਮੋਟਰਸਾਈਕਲਾਂ ਹੈ ਵੀ ਬੈਕ ਦਾ ਜ਼ੂ 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 ਉੱਥੇ ਬੜਾ ਸ਼ੋਰ ਸ਼ਰਾਬਾ ਅੱਲਾ ਗੁੱਲਾ ਹੁੰਦੇ ਲਿਹਾਜ਼ਾ ਮਸਾਜ ਦਾ ਵਲੋਗ ਮੈਂ ਇੱਥੇ ਖਤਮ ਕਰਨਾ ਪਿਆ ਅਤੇ ਕਿਉਂਕਿ ਸਾਹਮਣੇ ਮੇਰੀ ਬੇਗਮ ਮੈਂ ਕੋਈ ਇਸ਼ਾਰੇ ਕਰਨ ਦੀ ਖੜੀ ਵੀ ਈ ਈ ਮਤਲਬ ਮੈਂ ਇੱਥੋਂ ਟੱਪਣਾ ਲਿਹਾਜ਼ਾ ਅੱਲਾ ਹਾਫਿਜ਼ ਬਾਏ ਬਾਏ ਟਾਟਾ ਬਾਏ